ਸ਼ਹਿਰ ਵਿੱਚ ਕੀ ਕੀ ਫੀਚਰ ਨੇ? ਸਸਿਕਾਲ ਜੀ ਤੇ ਹਾਂਜੀ ਕਮਲ ਜੀ ਕੀ ਹਾਲ ਚਾਲ? ਵਧੀਆ ਵਧੀਆ, ਤੁਸੀਂ ਦੱਸੋ। ਤੇ ਪਹਿਲਾਂ ਤਾਂ ਇਹਨਾਂ ਨੂੰ ਗੱਡੀ ਦੀਆਂ ਵਧਾਈਆਂ ਦਿੰਦੇ ਆ, ਕੰਗ੍ਰੈਚੁਲੇਸ਼ਨਸ। ਤੇ ਬਾਕੀ ਉਸ ਤੋਂ ਬਾਅਦ ਆਪਾਂ ਵੀਡੀਓ ਤੋਂ ਬਾਅਦ ਪਾਰਟੀ ਲਵਾਂਗੇ ਇਹਨਾਂ ਤੋਂ। ਤੇ ਅੱਜ ਗੱਡੀ ਬਾਰੇ ਇਹਨਾਂ ਤੋਂ ਪੁੱਛਦੇ ਆ ਤੇ ਕੀ ਕੀ ਇਹਦੇ ਵਿੱਚ ਫੀਚਰ ਨੇ, ਕੀ ਕੀ ਇਹਦੇ ਵਿੱਚ ਚੇਂਜ ਕੀਤੇ ਗਏ ਨੇ, ਜਾਂ BS6 ਆਈ ਹੈ ਜਿਹੜੀ, ਇਹਦੇ ਵਿੱਚ ਕੀ ਫੀਚਰ ਨੇ? ਹਾਂਜੀ, ਗੱਡੀ ਤੁਸੀਂ ਕਦੋਂ ਲੈਤੀ ਹੈ ਜੀ? ਇਹਨੂੰ ਲੈਤੀ ਨੂੰ ਆਪਣੇ ਹੋ ਗਏ 2-3 ਮਹੀਨੇ ਹੋ ਗਏ ਗੱਡੀ ਲੈਤੀ ਨੂੰ। ਇਹ ਸਾਰੀ ਓਲਡ ਨਿਊ ਨਵੀਂ ਸੇਪ ਦੇ ਵਿੱਚ ਹੈਗੀ, ਸਾਰੀ ਦੀ ਸਾਰੀ ਗੱਡੀ। ਅੱਛਾ ਅੱਛਾ, ਪਹਿਲਾਂ ਨਾਲ ਫੁੱਲੀ ਚੇਂਜ ਆ, ਕੋਈ ਪਹਿਲਾਂ ਵਾਲਾ ਇਹਦੇ ਵਿੱਚ ਕੋਈ ਬੋਡੀ ਸੈੱਲ ਨਹੀਂ, ਸਾਰਾ A-to-Z ਨਵੀਂ ਹੈ। ਅੱਛਾ, ਨਵੀਂ ਹੈ, ਠੀਕ ਹੈ। ਵੈਸੇ ਇਹਦੇ ਮੈਂ ਸੁਣਿਆ ਇਹਦੇ ਕਈ ਪਾਰਟ ਆਪਾਂ ਨੂੰ ਐਕਸੈਸਰੀ ਜਿਹਨੂੰ ਆਪਾਂ ਕਹਿ ਦੇਵਾਂਗੇ, ਉਹ ਕੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਆਪ ਵੀ ਚੁਣ ਸਕਦੇ ਹਾਂਗੇ? ਜਿੱਦਾਂ ਕਹਿ ਸਕਦੇ ਵੀ ਆਹ ਚੀਜ਼ਾਂ ਨੂੰ, ਜਿੱਦਾਂ ਮਿਰਰ ਫੈਂਡਰ ਹੋ ਗਏ ਜੀ, ਆਪਣਾ ਆਟੋ ਮਿਰਰ ਫੋਲਡ ਹੋ ਗਏ, ਜਾਂ ਆਪਣਾ ਹੋ ਗਿਆ 360° ਕੈਮਰਾ, ਇਹ ਉੱਪਰੋਂ ਜਿੱਦਾਂ ਚੀਜ਼ ਕੈਚ ਕਰਦਾ ਹੁੰਦਾ, ਹਾਂਜੀ ਹਾਂਜੀ, ਇਹ ਉਹ ਚੀਜ਼ਾਂ ਦਿਖਾਉਂਦਾ ਹੈਗਾ। ਤੇ ਇਹਦੇ ਨਾਲ ਗੱਡੀ ਦਾ ਚਾਰੇ ਪਾਸੋਂ ਬਾਏ ਚਾਂਸ ਕੋਈ ਅਣਜਾਣ ਬੰਦਾ ਗੱਡੀ ਚਲਾ ਰਿਹਾ, ਉਹਨੂੰ ਵਿੱਚ ਬੈਠਣ ਨੂੰ ਸਾਰੀ ਚੀਜ਼ ਆਲਾ ਦੁਆਲਾ ਗੱਡੀ ਦਾ, ਉੱਪਰੋਂ ਜਿਵੇਂ ਕੋਈ ਚੀਜ਼ ਕੈਚ ਕਰਦੀ ਹੋਵੇ ਲਾਈਕ ਅ ਸੈਟੇਲਾਈਟ, ਜਿੱਦਾਂ ਆਪਾਂ GPS ਦਿਖਾਉਂਦੇ ਹਾਂ, ਬਿਲਕੁਲ ਬਿਲਕੁਲ, ਇਹ ਉਦਾਂ ਸ਼ੋ ਕਰਦਾ ਵਿੱਚ ਗੱਡੀ ਦੀ ਸਕਰੀਨ ਦੇ ਵਿੱਚ। ਠੀਕ ਹੈ ਠੀਕ, ਇਹਦਾ ਇਹ ਫਾਇਦਾ ਚਾਰੋਂ ਸਾਈਡ ਗੱਡੀ ਦੇ ਲੱਗੇ ਹੋਏ ਨੇ, ਕਿ ਲਗਭਗ ਇਹ 35-40 ਹਜ਼ਾਰ ਦੇ ਕਰੀਬ ਇਹ ਅਸੈਸਰੀ ਅੱਡ ਲੱਗਦੀ ਹੈ ਗੱਡੀ, ਅਲੱਗ ਲੱਗਦੀ ਆ। ਹਾਂਜੀ, ਆਪਾਂ ਘੱਟੋ ਘੱਟ ਇਹ ਅਸੈਸਰੀ ਜਿਹੜੀ ਨਾਲ ਹੀ ਆਉਂਦੀ ਆ ਜਾਂ ਲਵਾਉਣੀ ਪੈਂਦੀ ਆ ਆਪਾਂ? ਨਹੀਂ, ਨਾਲ ਇਹਦੇ ਕੁਛ ਨਹੀਂ ਦਿੰਦੇ ਜੀ, ਗੱਡੀ ਵਾਲੇ ਨਾਲ ਇਹਦੇ ਸਿਰਫ ਜਿੱਦਾਂ ਹੁਣ ਪਲੇਨ ਗੱਡੀ ਆ ਇਹ ਐਦੀ ਦਿੰਦੇ ਆ, ਇਹਦੇ ਨਾਲ ਇਹ ਹੋ ਗਏ ਸਾਈਡ ਦੇ ਉੱਪਰ ਆਪਾਂ ਫੈਂਡਰ ਜੇ ਲਗਾ ਲੈਣੇ ਆ, ਜਾਂ ਉੱਪਰ ਹੋ ਗਏ ਸਨਲਾਈਟ ਵਾਲੇ ਹੋ ਗਏ, ਜਾਂ ਰੇਨ ਜਿੱਦਾਂ ਸਾਰੇ ਇਹ ਲਵਾਉਣੇ ਪੈਂਦੇ, ਥੱਲੇ ਵੀ ਹੁੰਦੀਆਂ ਨੇ। ਹਾਂਜੀ, ਉਹ ਨਿਕਲ ਕਰੂਮ ਹੋ ਜਾਂਦਾ ਸਾਰਾ, ਉਹਦੇ ਨਾਲ ਥੋੜੀ ਗੱਡੀ ਦਾ ਲੁੱਕ ਜ਼ਿਆਦਾ ਡੈਸ਼ਿੰਗ ਜੀ ਨਹੀਂ ਰਹਿੰਦੀ, ਥੋੜੀ ਖਰਾਬ ਹੋ ਜਾਂਦੀ ਕਿ ਟਾਈਮ ਪੈ ਕੇ, ਕਿਉਂਕਿ ਕਰੂਮ ਜਿਹੜਾ ਅਸਲੀ ਆ ਤਾਂ ਇਹੀ ਆ। ਉਹਦੇ ਨਾਲ ਜਿੱਥੋਂ ਆ ਰੰਗ ਲੈਣਾ ਘਸ ਕੇ ਉੱਥੇ ਨੀਚੇ ਨੀ ਲੱਗਦੀ। ਬਕਾਇਦਾ ਕਾਲਾ ਰਿਮ ਅੱਗੇ ਗੱਡੀਆਂ ਚ ਦੇ ਦਿੰਦੇ ਸੀਗੇ, ਉਹ ਰਿਮ ਨੀ, ਨਾਲ ਇਹਦੇ ਇਹੀ ਜਿਹੜਾ ਅਲਾਏ ਲੱਗਿਆ ਹੈਗਾ, ਪੰਜਵਾਂ ਵੀ ਅਲਾਏ ਹੀ ਹੈਗਾ, ਇਹ ਨੀ ਵੀ ਪੰਜਵਾਂ ਵੀ ਆਪਣਾ ਦੂਸਰਾ ਵੀ ਨਹੀਂ ਹੋਊਗਾ। ਅੱਛਾ, ਵੀ ਰੋਗਾ ਪੰਜ ਪੂਰੇ ਅਲਾਏ ਮਿਲ ਜਾਏ, ਪੰਜ ਅਲਾਏ ਮਿਲਣਗੇ, ਇਹ ਕੰਪਨੀ ਬਣੀ ਹੋਈ ਹੈ ਨਾ ਜੀ? ਹਾਂਜੀ, ਇਹ ਕੰਪਨੀ ਮਿਲਦੇ ਸਾਰੇ ਫਿਕਰ। ਇਹਦੀ ਬੈਕ ਸਾਈਡ ਆ ਕੋਈ, ਇਹਦੇ ਵਿੱਚ ਕੋਈ ਚੇਂਜ ਜਾਂ ਕੁਛ ਵੀ ਨਾਲ? ਇਹ ਵੀ ਬੈਕ ਸਾਈਡ ਦੇ ਵਿੱਚ ਇੱਕ ਆਪਾਂ ਅਸੈਸਰੀ ਦੇ ਵਿੱਚ ਆ ਲਵਾਇਆ ਹੈਗਾ। ਹਾਂਜੀ ਹਾਂਜੀ, ਤੇ ਇਹਦੇ ਨਾਲ ਬਾਏ ਚਾਂਸ ਕਈ ਵਾਰੀ ਆਪਾਂ ਚੀਜ਼ ਵਿੱਚ ਪਈ ਹੁੰਦਾ ਕੋਈ, ਆਪਾਂ ਕਈ ਵਾਰੀ ਜੱਟ ਸੌਦਾ ਹੁੰਦਾ ਜਿਵੇਂ ਬੰਦਾ ਸਿਲੰਡਰ ਧਰ ਲਿਆ, ਕੋਈ ਕੀ ਧਰ ਲਿਆ, ਕੋਈ ਰੇਹੜੀ ਪੂਰੀ ਕੋਈ ਕੋਈ, ਉਹ ਬੰਦਾ ਖਿੱਚਦਾ ਜਦੋਂ ਇਹਦੇ ਤੇ ਸਕਰੈਚ ਪੈ ਜਾਂਦਾ, ਫਿਰ ਉੱਪਰ ਉਹਦੇ ਲਈ ਕਵਰ ਇਹ ਲੱਗਦਾ। ਪਹਿਲਾਂ ਜੀ ਟਾਕੀ ਦੇ ਉੱਪਰ ਦੇਖ ਲਓ, ORBM ਸੁੱਚ, ਆਪਣੇ ਆਟੋ ਮਿਰਰ ਫੋਲਡ ਵਾਲੇ ਸਾਰੇ ਹੋ ਗਏ। ਹਾਂਜੀ, ਤੇ ਜਿੰਨੇ ਵੀ ਇਹਦੇ ਸ਼ੀਸ਼ੇ ਨੇਗੇ, ਹਾਂਜੀ, ਸਾਰੇ ਦੇ ਸਾਰੇ ਆਟੋ ਨੇਗੇ। ਠੀਕ ਹੈ, ਵਨ ਟੱਚ ਕਰਕੇ ਸਾਰੇ ਥੱਲੇ, ਵਨ ਟੱਚ ਕਰਕੇ ਉੱਪਰ, ORBM ਸਾਰਾ ਇੱਥੇ ਆ ਗਿਆ, ਸਾਰਾ ਆਟੋ ਫੋਲਡ ਮਿਰਰ ਆ ਗਏ। ਹਾਂਜੀ, ਸਾਰਾ ਸਾਰੇ ਹਰੇਕ ਲੈਫਟ ਰਾਈਟ ਦਾ। ਹਾਂਜੀ, ਲੈਫਟ ਰਾਈਟ ਦਾ ਮੇਨ ਚੀਜ਼ ਇੱਕ ਹੋ ਰਿਹਾ ਤੇ ਸਾਰਾ ਜਿਹੜੀ ਮੇਨ ਆਉਂਦੀ ਹੋਈ ਆ। ਹਾਂਜੀ, ਸੀਟਾਂ ਸਾਰੀਆਂ ਆਟੋ, ਜਿੰਨੀ ਮਰਜ਼ੀ ਬੰਦੇ ਦੀ ਹਾਈਟ ਹੋਵੇ, ਹਾਂਜੀ, ਇਹਨੇ 19 ਸੀਟ ਨੇ ਨੀਵੀਂ ਚਲੀ ਜਾਣਾ ਹੈਗਾ, ਨੀਵੀਂ ਚਲੀ ਜਾਣਾ। ਠੀਕ ਹੈ, ਸਾਰੀ ਆਟੋ ਆਏ ਪਿੱਛੋਂ ਵੀ ਅੱਗਿਓਂ ਵੀ A-to-Z ਸਾਰਾ। ਤੇ ਬਾਕੀ ਮੈਂ ਸੁਣਿਆ ਜੀ ਇਹਦੀ ਕੀ ਵਗੈਰਾ ਵਾਲਾ ਜਿਹੜਾ ਜਗ੍ਹਾ ਹੁੰਦੀ ਆ ਉਹ ਹੈ ਨਹੀਂ ਗੀ? ਨਹੀਂ ਨਹੀਂ, ਇਹ ਪੁਸ਼ ਟੂ ਸਟਾਰਟ ਆ ਗਈ। ਪੁਸ਼ ਟੂ ਸਟਾਰਟ ਆ, ਠੀਕ ਹੈ ਠੀਕ ਹੈ, ਇੱਥੇ ਸਟਾਰਟ ਇੱਥੇ ਬੰਦ। ਅੱਛਾ, ਕੋਈ ਇਹਦੀ ਚਾਬੀ ਨਹੀਂ ਲੱਗਦੀ ਕਿਤੇ, ਕੋਈ ਸਪੇਸ ਨਹੀਂ, ਜਿੱਥੇ ਲੱਗਦੀ ਹੁੰਦੀ ਆ ਉਹ ਜਗ੍ਹਾ ਹੀ ਬੰਦ ਆ, ਤੇ ਹੈ ਹੀ ਵੀ ਨਹੀਂ ਜਿੱਦਾਂ ਕਲੱਚ ਨੱਪ ਕੇ ਆਪਾਂ ਨੂੰ ਸਟਾਰਟ ਕਰ ਸਕਦੇ ਆ। ਹਾਂਜੀ ਹਾਂਜੀ, ਨਾਰਮਲੀ ਹਰੇਕ ਗੱਡੀ ਚ ਆਉਂਦਾ ਅੱਜ ਕੱਲ ਇਹ ਫੰਕਸ਼ਨ ਅੱਜ ਕੱਲ। ਠੀਕ ਆ ਠੀਕ ਆ। ਹਾਂਜੀ, 에ਅਰ ਬੈਗ ਵਗੈਰਾ ਇਹਦੇ ਕਿੰਨੇ ਕਾ ਜੀ, 2 ਜਾਂ 3? ਇਹਦੇ ਨਹੀਂ, 2-3 ਵਾਲੇ ਤਾਂ ਗੱਲ ਅੱਜ ਕੱਲ ਗਈ ਹੁਣ। ਅੱਛਾ ਜੀ, ਇਹ ਗੱਡੀਆਂ 'ਚ ਤਾਂ 2-3, ਕਿਉਂਕਿ ਮੰਤਰੀਆਂ ਸੰਤਰੀਆਂ ਕੋਲ ਨਹੀਂ ਗੱਡੀਆਂ ਅੱਜ ਕੱਲ, ਆਮ ਤੌਰ 'ਤੇ ਬੰਦਾ ਬਾਹਲਾ ਲੈਂਦਾ ਨੇ ਇਹਨੂੰ, ਪਿੱਛੇ ਤੱਕ 에ਅਰ ਬੈਗ ਹੀ ਇਹ ਸਾਰੀ 'ਚ। ਅੱਛਾ ਜੀ, 7-7 SRS 에ਅਰ ਬੈਗ ਹੀ ਹੋ ਗਿਆ ਨਾ, ਤੁਸੀਂ ਲਿਖਾ ਦੇਖੋਗੇ ਉੱਧਰ ਵੀ ਲਿਖਾ ਦੇਖਦੇ ਹੋ ਸਾਰੇ ਕਿਤੇ 4 ਹਾਂਜੀ 5 7 ਨੇ 7 ਨੇ ਹਾਂਜੀ ਹਾਂਜੀ ਸਾਰੇ 7 ਨੇ।
ਤੇ ਹੋਰ ਕੀ ਕੀ ਇਹਦੇ ਵਿੱਚ ਇੱਥੋਂ ਫੀਚਰ ਕੀ ਨੇ ਜਿਹੜੇ ਆਪਣਾ ਇੰਜਨ ਨੂੰ ਕੰਟਰੋਲ ਕਰਦੇ ਇਹ ਥੋੜਾ ਡੀਪਲੀ ਆਪਾਂ ਬਾਅਦ ਚ ਜਾਣਨੇ ਕਿ ਮੇਨ ਚੀਜ਼ ਇਹ ਚ ਜਿਹੜੀ ਇੰਟਰਸਟਿੰਗ ਆ ਹਾਂ ਬਿਲਕੁਲ ਇਹ ਫ੍ਰਿਜ ਅੱਛਾ ਫ੍ਰਿਜ ਆ ਜੀ ਠੀਕ ਹੈ ਜਿੱਦਾਂ ਠੰਡਾ ਰੱਖਣ ਵਾਸਤੇ ਹਾਂਜੀ ਕੋਲਡ ਡਰਿੰਕ ਰੱਖਣ ਵਾਸਤੇ ਪੂਰਾ ਠੰਡਾ ਕਰ ਦਿੰਦੇ ਜੀ ਹੈ ਇਹ ਜੇ ਮੰਨੇ ਕਿ ਚਲੋ ਆਪਾਂ ਲੌਂਗ ਡਰਾਈਵ ਤੇ ਚੱਲਦੇ ਹਾਂ ਕਿਤੇ ਵੀ ਬਾਈ ਚਾਂ 2-300 ਕਿਲੋਮੀਟਰ ਆਪਾਂ ਜਾਣਾ ਹਾਂ ਹਾਂ ਬੋਤਲ ਨੂੰ ਥੋੜਾ ਠੰਡਾ ਕਰਨ ਨੂੰ ਟਾਈਮ ਲਾਉਂਦੇ ਆ ਬਾਈ ਚਾਂ ਆਪਾਂ ਕੈਨ ਲੈ ਕੇ ਰੱਖੋ ਇਹ ਚ ਕੈਨ ਨੂੰ ਜਲਦੀ ਤੋਂ ਜਲਦੀ ਜਿੰਨਾ ਹੋ ਜਾ 15-20 ਮਿੰਟ ਠੰਡਾ ਕਰ ਦਿੰਦੇ ਆ ਕੈਨ ਕਿਉਂਕਿ ਅਲੂਮੀਨੀਅਮ ਦਾ ਤੇ ਅਲੂਮੀਨੀਅਮ ਜ਼ਿਆਦਾ ਠੰਡਾ ਸੇਤੀ ਹੁੰਦਾ ਹਾਂ ਜਿੰਨਾ ਕ ਮਤਲਬ ਲਾ ਲਓ ਆਪਾਂ ਜਿੰਨੀ ਕ ਉਹਨੂੰ ਠੰਡੀ ਲੈਤੀ ਖਰੀਦੀ ਆ ਉਨੀ ਕ ਉਹ ਰੱਖਦੀ ਆ ਨਹੀਂ ਨਹੀਂ ਜਿੰਨਾ ਟਾਈਮ ਸਟਾਰਟ ਆ ਗੱਡੀ ਉਹ ਤੋਂ ਜ਼ਿਆਦਾ ਵੀ ਕਰ ਸਕਦੀ ਆ ਅੱਛਾ ਜ਼ਿਆਦਾ ਵੀ ਕਰ ਸਕਦੀ ਆ ਖਾਰੇ ਖੋਰੇ ਨੂੰ ਠੰਡਾ ਕਰ ਦੋ ਫਿਰ ਜੀ